ਵੀਰ ਜੀ ਭਰਾ ਜੀ ਸਾਰੇ ਵੀਰਾਂ ਨੂੰ ਬੇਨਤੀ ਆ, ਵੇਖੋ ਆ ਵੇਖੋ 60 ਰੁਪਈਆ ਮਗਰ ਬੰਦਾ ਵਾਸਤੇ ਲੱਗਾ, 60 ਰੁਪਈਆ ਮਗਰ ਆਹ ਵੇਖੋ ਬਹੂ ਦੀ ਜਗ੍ਹਾ ਆ, ਬਾਬੇ ਸ਼ਹੀਦਾਂ ਸਿੰਘਾਂ ਦੀ ਜਗ੍ਹਾ ਆ, ਆਹ ਜਿਹੜਾ ਸੇਵਾਦਾਰ ਆ ਵੇਖੋ ਬਾਬਾ ਜੀ ਸਾਡਾ ਸੇਵਾ ਕਰਦਾ ਬੜੇ ਚਿਰਾਂ ਤੋਂ, ਵੇਖੋ ਇਹਦੀ ਕੀ ਹਾਲਤ ਕੀਤੀ ਆ, ਇਹਨੇ ਪੈਸੇ ਵੀ ਦੇ ਤੇ 60 ਰੁਪਈਏ ਹੈਗੇ ਉਹ ਵੀ ਦੇ ਤੇ ਨੇ, ਫੁੱਟ ਕੇ ਨਾਲੇ ਦੁੱਧ ਪੀ ਕੇ ਗਏ ਆ, ਨਾਲੇ ਦੇਸੀ ਘਿਓ ਖਾ ਗਏ ਇੱਥੋਂ, ਜਿੰਨਾ ਵੀ ਹੋ ਸਕੇ ਨੁਕਸਾਨ ਕਰਕੇ ਗਏ ਆ, ਇੱਕ ਸਾਈਕਲ ਵਾ ਸਾਈਕਲ ਪੱਖਾ ਜੀ ਪੱਖਾ ਲੈ ਗਏ ਆ, ਪੱਖਾ ਲੈ ਗਏ ਆ, ਪੰਜਾਬ ਦੇ ਇਹ ਹਾਲਾਤ ਹੋਏ ਪਏ ਆ ਵੀ ਗੁਰਦੁਆਰਿਆਂ ਨੂੰ ਡੇਰਿਆਂ ਨੂੰ ਨਹੀਂ ਬਖਸ਼ਿਆ ਜਾ ਰਿਹਾ। ਇੱਕ ਗੁਰੂ ਘਰ ਦੇ ਵਿੱਚ ਲੁਟੇਰਿਆਂ ਦੇ ਵੱਲੋਂ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੱਸ ਦਈਏ ਕਿ ਪਹਿਲਾਂ ਤਾਂ ਸੇਵਾਦਾਰ ਦੇ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਫਿਰ ਉਸ ਤੋਂ ਬਾਅਦ ਗੁਰੂ ਘਰ ਦੀਆਂ ਚਾਬੀਆਂ ਮੰਗ ਕੇ ਉਸ ਦੇ ਵਿੱਚ ਜੋ ਪਿਆ ਸਮਾਨ ਸੀ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਜੋ ਸੇਵਾਦਾਰ ਸੀ ਉਸਨੇ ਪੂਰੇ ਪਿੰਡ ਦੇ ਵਿੱਚ ਸ਼ੋਰ ਮਚਾ ਦਿੱਤਾ, ਜਿਸ ਤੋਂ ਬਾਅਦ ਲੋਕ ਇਕੱਠੇ ਹੁੰਦੇ ਨੇ ਤੇ ਇੰਨੇ ਦੇ ਵਿੱਚ ਲੁਟੇਰੇ ਦੋਵੇਂ ਹੀ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਪਰ ਪਿੰਡ ਵਾਲਿਆਂ ਦੇ ਵੱਲੋਂ ਆਲੇ ਦੁਆਲੇ ਤੋਂ ਘੇਰਾਬੰਦੀ ਕਰ ਦਿੱਤੀ ਜਾਂਦੀ ਹੈ, ਜਿਸ ਦੇ ਕਾਰਨ ਲੁਟੇਰੇ ਤਲਾਬ ਦੇ ਵਿੱਚ ਜਾ ਕੇ ਲੁਕ ਜਾਂਦੇ ਨੇ ਤੇ ਕੜੀ ਮੁਸ਼ਕਲ ਤੋਂ ਬਾਅਦ ਉਹਨਾਂ ਨੂੰ ਪਿੰਡ ਵਾਲਿਆਂ ਦੇ ਵੱਲੋਂ ਕਾਬੂ ਪਾਇਆ ਗਿਆ। ਹਾਲਾਂਕਿ ਜਿਵੇਂ ਉਹਨਾਂ ਨੂੰ ਕਾਬੂ ਕੀਤਾ ਗਿਆ ਇਸ ਤੋਂ ਬਾਅਦ ਤੁਰੰਤ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਤਾਂ ਨੁਸ਼ਹਿਰਾ ਪੰਨੂਆ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਚੋਰ ਜੋ ਨੇ ਉਹ ਰਾਤ ਦੇ ਸਮੇਂ ਗੁਰੂ ਘਰ ਦੇ ਵਿੱਚ ਦਾਖਲ ਹੁੰਦੇ ਨੇ ਚੋਰੀ ਕਰਨ ਦੇ ਲਈ। ਪਹਿਲਾਂ ਤਾਂ ਸੇਵਾਦਾਰ ਦੇ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਫਰਾਰ ਹੋ ਜਾਂਦੇ ਨੇ ਤਾਂ ਤਲਾਬ ਦੇ ਵਿੱਚ ਜਾ ਕੇ ਲੁਕ ਜਾਂਦੇ ਨੇ। ਤਲਾਬ ਦੇ ਵਿੱਚ ਲੁਕਣ ਤੋਂ ਬਾਅਦ ਲੋਕਾਂ ਦੇ ਵੱਲੋਂ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਅਤੇ ਫਿਰ ਪਹਿਲਾਂ ਤਾਂ ਉਹਨਾਂ ਦੀ 76 ਪਰੇਡ ਹੁੰਦੀ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਯਾਨੀ ਕਿ ਖਬਰ ਤਰਨ ਤਾਰਨ ਦੇ ਨੁਸ਼ਹਿਰਾ ਪੰਨੂਆ ਤੋਂ ਸਾਹਮਣੇ ਆ ਰਹੀ ਹੈ। ਮੇਰੇ ਨਾਲ ਇਸ ਤਰ੍ਹਾਂ ਹੋਈ ਨਾ, ਇਹ ਪਰਸੋਂ ਲੈ ਗਏ ਪੱਖਾ, ਆ ਜਿਹੜਾ ਪੱਖਾ ਚੋਰੀ ਕਰਕੇ ਲੈ ਗਏ, ਚੋਰੀ ਲੈ ਗਏ ਤੜਕੇ ਸਵੇਰੇ, ਪਰਸੋਂ ਨੇ ਰਹੇ ਨਾ ਨੇੜੇ ਲੈ ਗਏ ਆ, ਅੱਜ ਸਵੇਰੇ ਤੜਕੇ ਪਏ ਮੈਨੂੰ। ਕਿੰਨੇ ਬੰਦੇ? ਤੇ ਦੋ ਜਣੇ ਸੀ, ਇੱਕ ਲੰਮਾ ਜਵਾਨ ਜਿਹਾ, ਇੱਕ ਪਿੱਛੇ ਰਹਿ ਗਿਆ, ਇੱਕ ਅਗਾੜੀ ਆ ਗਿਆ, ਪਹਿਲੇ ਮਾਰੇ ਰੋੜੇ। ਮੈਂ ਉੱਠ ਕੇ ਤੁਰ ਪਿਆ ਵਾਂ, ਮੁਰਗੇ ਆ ਗਏ, ਮੇਰੇ ਡਾਂਗ ਹੋ ਗਏ, ਮੇਰੇ ਸਿਰ 'ਚ ਮਾਰੀ ਆ। ਹਾਂਜੀ, ਦਾਤਰ ਦਾਤਰ ਮਾਰਨ ਲੱਗੇ ਸੀ, ਬਚ ਗਿਆ ਦਾਤਰ ਤੋਂ। ਹਾਂਜੀ, ਹੱਥ ਦਾ ਰੋੜਾ ਵੱਜਾ ਜੀ, ਰੋੜੇ ਜੇ ਮਾਰੇ। ਹੁਣ ਕੀ ਮੰਗ ਕੀ ਕਰਦੇ ਤੁਹਾਡੇ ਕੋਲ? ਮੰਗ ਕਰਦੇ ਪੈਸੇ ਦੇ, ਪਰਸੋਂ ਮੇਲਾ ਜੋ ਆਇਆ ਇੱਥੇ ਉਹਦੇ ਕੋਲ ਪੈਸੇ ਹੋਣੇ ਆ, ਉਹ ਆਉਂਦੇ ਪੈਸੇ ਦੇ ਛੇਤੀ ਕਰ, ਦੋ ਤਿੰਨ ਹਜ਼ਾਰ ਦੋ ਛੇਤੀ ਕਰ, ਇਹ ਤੈਨੂੰ ਮਾਰ ਦੇਣਾ ਹੀ। ਇਹ ਧਮਕੀ ਦਿਖਾ ਗਏ ਮੈਨੂੰ। ਮੁੜ ਕੇ ਜਿਹੜੇ ਮੁੰਡੇ ਲੋਕਾਂ ਨੇ ਕਾਬੂ ਕਰ ਲਏ ਗਏ? ਲੋਕਾਂ ਨੇ ਕਾਬੂ ਕੀਤਾ, ਮੁੰਡੇ ਬੇਟੇ ਸਾਰੇ ਜਣੇ ਸਾਰੇ ਕਾਬੂ ਕੀਤੇ ਆ, ਉਹ ਚੌਂਕੀ ਉਹ ਮੁੰਡਾ। ਨਹੀਂ, ਦੋਵੇਂ ਕਾਬੂ ਹੋ ਗਏ ਕਿ ਜਾਂ? ਦੋਵੇਂ 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 ਕਾਬੂ ਦੋਵੇਂ ਕਾਬੂ ਆ। ਹੁਣ ਤੁਸੀਂ ਕੀ ਮੰਗ ਕਰਦੇ? ਸਾਫ ਚਾਹੀਦਾ ਆਪਾਂ ਨੂੰ, ਆਪਾਂ ਨੂੰ ਕੁਛ ਕਿਸੇ ਦਾ ਸਜ਼ਾ ਹੋਣੀ ਚਾਹੀਦੀ। ਹਾਂਜੀ ਭਾਊ ਜੀ, ਕੀ ਨਾਮ ਆਪਣਾ? ਆਪਣਾ ਨਾਂ ਜੈਵ ਸਿੰਘ ਜੀ। ਕਿਹੜਾ ਨਗਰ ਹੈ? ਇਹੀ ਨਗਰ ਜੀ, ਨਸ਼ਹਿਰਾ ਪੰਨੂਆ, 32 ਜਗਪੁਰ ਹੈ ਜੀ ਸਾਡੀ। ਇਹ ਕਿਹੜਾ ਗੁਰਦੁਆਰਾ ਪੈਂਦਾ ਜੀ? ਇਹ ਸ਼ਹੀਦਾਂ ਸਿੰਘਾਂ ਦਾ ਜੀ, ਬਾਬਾ ਦੀਪ ਸਿੰਘ ਦੀ ਯਾਦ ਵਿੱਚ ਹੈ ਜੀ ਬਣਿਆ ਜੀ। ਤੇ ਕੀ ਨਾਮ ਪੈਂਦਾ ਗੁਰਦੁਆਰਾ? ਇਹ ਬਾਬਾ ਪਹੂ ਜੀ, ਪਹੂ ਪਿੰਡ ਦੇ ਨਾ ਬਾਬਾ ਦੀਪ ਸਿੰਘ ਜੀ, ਇਹ ਪਿੰਡ ਦਾ ਨਾਂ ਇਸ ਤਰ੍ਹਾਂ ਆਉਂਦਾ ਜੀ, ਤੇ ਹੈ ਸ਼ਹੀਦਾਂ ਸਿੰਘਾਂ ਦੀ, ਬਾਬਾ ਦੀਪ ਸਿੰਘ ਦੀ ਯਾਦ ਵਿੱਚ ਹੈ ਜੀ। ਹਾਂਜੀ, ਤੇ ਕੀ ਅੱਜ ਗੱਲ ਹੋਈ ਹੈ ਜਿਹੜੀ? ਅੱਜ ਇਹ ਗੱਲ ਹੋਈ ਜੀ ਵੀ ਇਹ 3 ਦਿਨ ਹੋ ਗਏ ਪਹਿਲੋਂ ਪੱਖਾ ਲੈ ਕੇ ਗਏ ਚੋਰੀ, ਤੇ ਅੱਜ ਫੇਰ ਇਹਨੂੰ ਬਾਬਾ ਜੀ ਨੂੰ ਉਹਨਾਂ ਆ ਵੇਖੋ ਕੀ ਹਾਲ ਬਣਾਇਆ, ਦਾਤਰ ਦੂਤਰ ਸਿਰ ਦੇ ਵਿੱਚ ਮਾਰੇ, ਹੱਥਾਂ ਦੇ ਮਾਰੇ, ਇਹ ਭੱਜ ਕੇ ਬਚਿਆ ਜੀ, ਸਾਡੇ ਆ ਨੇੜੇ ਘਰ ਆ, ਇੱਥੇ ਭੱਜ ਕੇ ਬਚਿਆ ਜੀ, ਤੜਕੇ 3 ਵਜੇ ਦੀ ਗੱਲ ਹੈ ਜੀ। ਤੇ ਇਹ ਤੇ ਵਿਚਾਰਾ ਡੇਰੇ ਦਾ ਵਿਚਾਰਾ ਬੈਠਾ,
ਤੇ ਇਹ ਤੇ ਨਗਰ ਦੇ ਆਸਰੇ ਬੈਠਾ ਵਿਚਾਰਾ, ਇਹਨਾਂ ਬਹੁਤ ਧੱਕਾ ਕੀਤਾ, ਬਹੁਤ ਜ਼ਿਆਦਾ ਧੱਕਾ। ਸਾਡੇ ਨਗਰ ਨੇ ਸਾਰਿਆਂ ਨੇ ਇਹ ਗੱਲ ਦਾ ਬੜਾ ਅਫਸੋਸ ਮਨਾਇਆ ਜੀ, ਵੀ ਇਹਦੇ ਤੇ ਕਿਉਂ ਹਮਲਾ ਕੀਤਾ ਗਿਆ। ਕਿੰਨੇ ਚਿਰ ਤੋਂ ਸੇਵਾ ਕਰ ਰਹੇ ਇਹ ਜੀ? ਅੱਜ ਤੇ 40-45 ਸਾਲ ਹੋ ਗਏ ਜੀ ਇਹ ਡੇਰੇ ਦੀ ਸੇਵਾ ਕਰਦੇ ਨੂੰ ਜੀ। ਇਹ ਪੱਕੇ ਸੇਵਾਦਾਰ ਆ ਜੀ, ਇਹੋ ਹੀ ਨਗਰ ਨੇ ਬਿਠਾਇਆ ਇਹਨਾਂ ਨੂੰ ਬਿਠਾਇਆ। ਕਿੰਨੇ ਬੰਦੇ ਆਣ ਕੇ ਪਏ ਇਹਨਾਂ ਨੂੰ? ਇਹਨਾਂ ਨੇ ਦੋ ਬੰਦੇ ਆਣ ਕੇ ਪਏ ਜੀ। ਪਤਾ ਲੱਗਾ ਕਿਹੜੇ ਨਗਰ ਦੇ? ਹਾਂ, ਨਸ਼ਹਿਰਾ ਪਨੂਆ ਦੇ ਬੰਦੇ ਫੜੇ ਗਏ ਜੀ। ਸਾਡਿਆਂ ਬੰਦਿਆਂ ਨੇ ਫਿਰ ਉਹ ਮਗਰ ਜਾ ਕੇ ਕਾਬੂ ਕਰ ਲਿਆ, ਛੱਪੜ ਦੇ ਵਿੱਚ ਜਾ ਕੇ ਲੁੱਕ ਗਿਆ ਜੀ। ਛੱਪੜ ਦੇ ਵਿੱਚੋਂ ਕੱਢ ਕੇ ਲਿਆਂਦਾ ਜੀ ਦੋਨਾਂ ਬੰਦਿਆਂ ਨੂੰ। ਨਾਂ ਦਾ ਨੀ ਜੀ ਚੇਤਾ, ਪਤਾ ਤੇ ਦੋਨੇ ਫੜੇ ਆ, ਚੌਂਕੀ ਆ ਜੀ। ਹਾਂ, ਤੇ ਇਹੀ ਗੱਲ ਹੈ, ਸਾਨੂੰ ਇਨਸਾਫ਼ ਚਾਹੀਦਾ ਜੀ। ਤੇ ਹੁਣ ਬਜ਼ੁਰਗਾਂ ਨੂੰ ਇਲਾਜ ਵਾਸਤੇ ਲਿਜਾਇਆ? ਹਾਂ, ਲੈ ਕੇ ਗਏ ਜੀ, ਅੱਜ ਕਹਿਰੋਂ ਲੈ ਕੇ ਗਏ। ਸਰਕਾਰੀ ਛੁੱਟੀ ਹੋਣ ਕਾਰਨ ਫਿਰ ਸਾਨੂੰ ਨਹੀਂ ਜੀ, ਇਹਨਾਂ ਆਹ ਕਾਰਨ ਬਣਿਆ ਜੀ। ਤੇ ਕੀ ਮੰਗ ਕਰਦੇ ਜੀ ਹੁਣ? ਮੰਗ ਇਹੀ ਆ ਜੀ, ਵੇਖੋ ਇਰਾਦਾ ਕਤਲ ਬਣਦਾ ਜੀ, ਤੇ ਅਸੀਂ ਇਨਸਾਫ਼ ਮੰਗਦੇ ਹਾਂ ਜੀ। ਇੱਕ ਇਰਾਦਾ ਕਤਲ ਮਾਰਨ ਤੱਕ ਹੀ ਗਏ, ਮਾਰ ਹੀ ਗਏ ਜੀ ਹਿਸਾਬ ਨਾਲ। ਜਿਹੜਾ ਪੱਖਾ ਇਹਨਾਂ ਚੋਰੀ ਕਰਕੇ ਖੜੇ ਪਰਸੋਂ, ਉਹ ਤੁਹਾਨੂੰ ਕਿਸ ਤਰ੍ਹਾਂ ਮਿਲਿਆ? ਇਹ ਫਿਰ ਉਹੀ ਮੰਨੇ ਉਹਨਾਂ ਨੂੰ ਡਾਂਗ ਜਿਹੜੇ ਵਰੀ, ਉਹ ਮੰਨੇ ਅਸੀਂ ਸਿਰੋਂ ਕੁਆੜੀਆਂ ਨੂੰ ਦਿੱਤਾ, ਉਸ ਕੁਆੜੀਆਂ ਦੇ ਕੋਲੋਂ ਅਸੀਂ ਆ ਪੱਖਾ ਅੱਜ ਸਵੇਰੇ ਮੁੰਡੇ ਲੈ ਕੇ ਆਏ ਜੀ। ਤੇ ਉਹ ਕੁਆੜੀਆ ਵੀ ਸਾਨੂੰ ਪਤਾ ਲੱਗਾ ਵੀ ਉਹ ਵੀ ਫੜਿਆ। ਪੁਲਿਸ ਨੇ ਕੀ ਕਾਰਵਾਈ ਅਮਲ ਚ ਲਿਆਂਦੀ? ਪੁਲਿਸ ਨੇ ਕੋਈ ਜਿਹੀ ਕਾਰਵਾਈ ਨਹੀਂ ਕੀਤੀ, ਸਾਨੂੰ ਉਹਨਾਂ ਹਸਪਤਾਲ ਘੱਲਿਆ ਸੀ ਕਹਿਰੋਂ, ਤੇ ਕਹਿਰੋਂ ਅੱਜ ਸਰਕਾਰੀ ਛੁੱਟੀ ਹੋਣ ਕਾਰਨ, ਤੇ ਅਸੀਂ ਤਾਂ ਕਰਕੇ ਫਿਰ ਕੱਲ ਨੂੰ ਜਾਵਾਂਗੇ ਜੀ। ਮੰਗ ਇਹੀ ਇਨਸਾਫ਼ ਹੋਣਾ ਚਾਹੀਦਾ, ਇਹ ਵਿਚਾਰਾ ਬਜ਼ੁਰਗ ਬੰਦਾ, ਸਾਧੂ ਬੰਦਾ, ਸੰਤ ਬੰਦਾ, ਇਹਨਾਂ ਦੇ ਵਚਨ ਪੂਰੇ ਹੁੰਦੇ ਆ, ਤੇ ਇਹਨਾਂ ਤੇ ਇਰਾਦਾ ਕਤਲ ਦਾ ਹੋਣਾ ਚਾਹੀਦਾ, ਵੀ ਇਹਨੂੰ ਮਾਰਨ ਤੱਕ ਗਏ, ਇਹਦਾ ਇਨਸਾਫ਼ ਹੋਣਾ ਚਾਹੀਦਾ। ਇਹੋ ਜਿਹੇ ਬੰਦੇ ਸਾਡੇ ਨਗਰ ਦੇ ਵਿੱਚ ਰਹਿਣੇ ਨਹੀਂ ਚਾਹੀਦੇ। ਇਹਨਾਂ 'ਚ ਨਸ਼ਹਿਰੇ ਪਨਵੇਂ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਆ, ਬੜਾ ਇਤਿਹਾਸਿਕ ਗੁਰਦੁਆਰਾ ਸਾਹਿਬ ਆ, ਉਹਦੇ ਗ੍ਰੰਥੀ ਜੀ ਸੈਰ ਕਰ ਰਹੇ ਸੀ ਤੜਕੇ ਉੱਠ ਕੇ, ਅਤੇ ਇਹ ਜਿਹੜੇ ਤਿੰਨ ਦੋਸ਼ੀ ਸੀ, ਬਾਬਾ ਜੀ ਦਾ ਨਾਮ ਬਹਾਦਰ ਸਿੰਘ ਆ, ਇਹ ਤਿੰਨ ਦੋਸ਼ੀ ਆ, ਇੱਕ ਨਾਂ ਗੁਰਪਿੰਦਰ ਸਿੰਘ ਆ ਪੁੱਤਰ ਦਰਸ਼ਨ ਸਿੰਘ, ਇੱਕ ਮੰਗਾ ਸਿੰਘ ਪੁੱਤਰ ਮਹਿੰਦਰ ਸਿੰਘ, ਇਹ ਦੋਵੇਂ ਨਸ਼ਹਿਰੇ ਪਨਵੇਂ ਦੇ ਆ, ਇੱਕ ਨਾਲ ਇਹਨਾਂ ਦੇ ਸੁਖਚੈਨ ਸਿੰਘ ਪੁੱਤਰ ਦਰਸ਼ਨ ਸਿੰਘ ਜੀ, ਇਹ ਸਿਰੋਂ ਦਾ ਵਾ, ਇਹ ਸਿਰੋਂ ਦਾ ਕੁਆੜ ਦਾ ਕੰਮ ਵੀ ਕਰਦਾ, ਅਤੇ ਇਹਨਾਂ ਦੇ ਨਾਲ ਵੀ ਕਦੀ ਕਦੀ ਜਦੋਂ ਕਦੇ ਵਾਰਦਾਤ ਕਰਨੀ ਨਾਲ ਇਹਨਾਂ ਦੇ ਸਾਹਮਣੇ ਹੋ ਜਾਂਦਾ। ਅਤੇ ਇਹਨਾਂ ਤਿੰਨਾਂ ਦੇ ਜਿਹੜੇ ਨਾਂ ਸਾਹਮਣੇ ਆਏ ਆ, ਅਤੇ ਇਹਨਾਂ ਦੇ ਖਿਲਾਫ਼ ਇਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਕੇ, ਇਹਨਾਂ ਦੇ ਖਿਲਾਫ਼ ਜੋ ਬਣਦੀ ਕਾਰਵਾਈ ਸੀਨੀਅਰ ਅਫਸਰਾਂ ਦੇ ਧਿਆਨ ਦੇ ਵਿੱਚ ਕਰਕੇ, ਅਤੇ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣਗੇ। ਬਾਬਾ ਜੀ 70 ਸਾਲ ਦੀ ਉਮਰ ਆ ਉਹਨਾਂ ਦੀ, ਵਿਚਾਰਿਆਂ ਦੀ ਬਜ਼ੁਰਗ ਆ ਜੀ, ਅਤੇ ਉਹਨਾਂ ਨੂੰ ਮੈਂ ਕੈਰੋਂ ਹਸਪਤਾਲ ਦਾਖਲ ਕਰਵਾ ਦਿੱਤਾ ਸੀ।